कहानी मेरे वैसे ही बहुत दिल के करीब इस करके सी क्योंकि मैं अपनी धी नूं बहुत प्यार करदा। सानूं आपस च टाइम उन्ना ज़्यादा मिलता नहीं कि इकट्ठे बैठिए गल कर सकी। हुण जिवें जिवें उहदी एज वधी जा रही उवें उवें मैनूं इह लगदा कि मैनूं ज़्यादा टाइम स्पेंड करना चाहिए। जिहड़ा बचपन लंघ गया दुबारा तां आउणा नहीं है ना, ते उहनूं हुण आपां जे इह चीज़ इह टाइम गवाता फिर इह वापस नहीं। हुण असीं ना वापस ही इंडिया आ गए हैं, इस करके उहनूं लै के आया मैं नाल। ते क्यों हुण मतलब इह उहदा एज भी उहदा दी इदां दी है, यही सारा कुछ इस फिल्म दे विच सी। क्योंकि छोटी छोटी मिसअंडरस्टैंडिंग छोटा छोटा गैप वादा वादा कई बार एड्डा वड्डा बन जाता, फिर बाद तुहानू आप सोचना पैंदा भी इन्होंने पूरा किवें करिया। पता नहीं क्यों मैं इस टाइम जिहो जिहा कुछ साढ़े यूथ सारे पसंद करते उहदे नाल मैं मैच नहीं कर पा रहा अपने आप नूं, है ना। मैं बहुत कोशिश करदा मैं इदां करां मैं करां मैं करां मैं किदां करां। गाने मेरे तुसीं यकीन करोगे 50 तों ज़्यादा बने पए। फिर मैं क्या क्यों ना फिर उहदे लई गाईए जिहने आवाज़ दित्ती है, अपने अपने सुकून वास्ते गा रहे हैं ना। हाँ, वो चंगी गल ये होगी कि सारे नु सुकून दे रही है। बिल्कुल, वृंदावन जाके की फील होंदा है, किद्दा एहसास मिलदा है ना, ते ओ क्योंकि अलग ही और है। मन लगदा है भगवान कृष्ण उथे रख लेंदे ने। मैं उथे ही हां, आ तो थोड़े सामने कोई और गल कर रहे हैं। हैगा ना, फिल्म जरूर देखियो जब ये रिलीज हो जाएगी Z5 ते 1 दिसंबर नु, और ਤੁਸੀਂ ਬਹੁਤ ਸਾਰੀਆਂ ਚੀਜ਼ਾਂ ਜਿਹਦੇ ਚ ਕਨੈਕਟ ਕਰੋਗੇ ਆਪਣੇ। ਸੋ ਫਾਈਨਲੀ ਰੋਸ਼ਨ ਪ੍ਰਿੰਸ ਜੀ, ਕੀ ਹਾਲ ਚਾਲ ਨੇ? ਆਫਟਰ ਸੋ ਲੌਂਗ ਮਿਲ ਰਹੇ ਆ, ਪਰ ਹੁਣ ਮੈਨੂੰ ਲੱਗਦਾ ਫਿਲਮਾਂ ਦੀ ਜੜੀ ਲੱਗੀ ਹੋਈ ਹੈ। ਹਾਂ, ਕਹਿ ਸਕਦੇ ਹਾਂ, ਔਰ ਚੰਗੀ ਗੱਲ, ਔਰ ਚੰਗੀਆਂ ਫਿਲਮਾਂ ਦੀ ਹੋਈ ਲੱਗੀ ਹੋਈ ਹੈ। ਰਾਈਟ, ਇਹ ਜਿਹੜਾ ਕਨਸੈਪਟ ਸੀਗਾ ਨਾ, ਮੱਚ ਨੀਡਿਡ ਕਨਸੈਪਟ ਸੀਗਾ, ਕਿਉਂਕਿ ਪੇਰੈਂਟਿੰਗ ਦੇ ਉੱਪਰ ਤੇ ਜਨਰੇਸ਼ਨ ਗੈਪ ਦੇ ਉੱਪਰ ਗੱਲ ਕਰਨੀ ਬਹੁਤ ਲਾਜ਼ਮੀ ਹੈ। ਅਸੀਂ ਹਰ ਫਿਲਮ ਦੇ ਵਿੱਚ ਕਾਮੇਡੀ ਕਾਮੇਡੀ ਠੂਸ ਨਹੀਂ ਸਕਦੇ, ਬਟ ਇੱਕ ਚੰਗਾ ਸੁਨੇਹਾ ਦੇ ਸਕਦੇ ਹਾਂ। ਜਦੋਂ ਇੱਕ ਫਿਲਮ ਸ਼ੂਟ ਕੀਤੀ ਸੀਗੀ, ਕਿਹੜੀਆਂ ਐਸੀਆਂ ਚੀਜ਼ਾਂ ਸੀਗੀਆਂ? ਬਿਕਾਜ਼ ਵੀ ਆਲਸੋ ਨੋ, ਜਦੋਂ ਤੁਹਾਨੂੰ ਟਾਈਮ ਮਿਲਦਾ, ਤੁਸੀਂ ਆਪਣੇ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰਨਾ ਪਸੰਦ ਕਰਦੇ ਹੋ, ਕਿੰਨਾ ਕੁ ਫਿਲਮਾਂ ਦੇ ਜ਼ਰੀਏ ਵੀ ਇੰਪੈਕਟ ਇੱਕ ਆਰਟਿਸਟ ਦੇ ਉੱਪਰ ਵੀ ਪੈ ਜਾਂਦਾ? ਬਿਲਕੁਲ ਪੈਂਦਾ ਜੀ, ਔਰ ਇਹ ਕਹਾਣੀ ਮੇਰੇ ਵੈਸੇ ਹੀ ਬਹੁਤ ਦਿਲ ਦੇ ਕਰੀਬ ਇਸ ਕਰਕੇ ਸੀ ਕਿਉਂਕਿ ਮੈਂ ਆਪਣੀ ਧੀ ਨੂੰ ਬਹੁਤ ਪਿਆਰ ਕਰਦਾ, ਹੈ ਨਾ। ਔਰ ਸਾਨੂੰ ਆਪਸ 'ਚ ਟਾਈਮ ਉਨਾ ਜ਼ਿਆਦਾ ਮਿਲਦਾ ਨਹੀਂ ਕਿ ਇਕੱਠੇ ਬੈਠੀਏ ਗੱਲ ਕਰ ਸਕੀਏ। ਹੁਣ ਜਿਵੇਂ ਜਿਵੇਂ ਉਹਦੀ ਏਜ ਵਧੀ ਜਾ ਰਹੀ ਹੈ ਉਵੇਂ ਉਵੇਂ ਮੈਨੂੰ ਇਹ ਲੱਗਦਾ ਕਿ ਮੈਨੂੰ ਜ਼ਿਆਦਾ ਟਾਈਮ ਸਪੈਂਡ ਕਰਨਾ ਚਾਹੀਦਾ। ਇਨਸਿਕਿਉਰਿਟੀਜ਼ ਵਧਦੀਆਂ ਬੀਇੰਗ ਅ ਫਾਦਰ। ਇਨਸਿਕਿਉਰਿਟੀ ਨਹੀਂ ਹੁੰਦੀ ਹੈ, ਮਤਲਬ ਇਹ ਹੈ ਕਿ ਜਿਹੜਾ ਬਚਪਨ ਲੰਘ ਗਿਆ ਦੁਬਾਰਾ ਤਾਂ ਆਉਣਾ ਨਹੀਂ, ਹੈ ਨਾ। ਅਤੇ ਉਹਨੂੰ ਹੁਣ ਆਪਾਂ ਜੇ ਇਹ ਚੀਜ਼ ਇਹ ਟਾਈਮ ਗਵਾਤਾ ਫਿਰ ਇਹ ਵਾਪਸ ਨਹੀਂ ਆਉਣਾ। ਹੁਣ ਅਸੀਂ ਨਾ ਵਾਪਸ ਹੀ ਇੰਡੀਆ ਆ ਗਏ ਹਾਂ, ਇਸ ਕਰਕੇ ਉਹਨੂੰ ਲੈ ਕੇ ਆਇਆ ਮੈਂ ਨਾਲ। ਅਤੇ ਕਿਉਂ ਹੁਣ ਮਤਲਬ ਇਹ ਉਹਦਾ ਏਜ ਵੀ ਉਹਦਾ ਦੀ ਇੱਦਾਂ ਦੀ ਹੈ, ਇਹੀ ਸਾਰਾ ਕੁਛ ਇਸ ਫਿਲਮ ਦੇ ਵਿੱਚ ਸੀ। ਕਿਉਂਕਿ ਉਹ ਛੋਟੀ ਛੋਟੀ ਮਿਸਅੰਡਰਸਟੈਂਡਿੰਗ ਛੋਟਾ ਛੋਟਾ ਗੈਪ ਵੱਧਦਾ ਵੱਧਦਾ ਕਈ ਵਾਰੀ ਐਡਾ ਵੱਡਾ ਬਣ ਜਾਂਦਾ, ਫਿਰ ਬਾਅਦ 'ਚ ਤੁਹਾਨੂੰ ਆਪ ਸੋਚਣਾ ਪੈਂਦਾ ਵੀ ਇਹਨਾਂ ਨੂੰ ਪੂਰਾ ਕਿਵੇਂ ਕਰੇ ਜੀ। ਇੱਕ ਨਾ ਫਾਦਰ ਡਾਟਰ ਦਾ ਨਾ ਰਿਲੇਸ਼ਨਸ਼ਿਪ ਬਹੁਤ ਜ਼ਿਆਦਾ ਪ੍ਰੀਸ਼ੀਅਸ ਹੁੰਦਾ ਹੈ ਨਾ। ਮੈਨੂੰ ਲੱਗਦਾ ਕੁੜੀਆਂ ਆਪਣੀਆਂ ਮੰਮੀਆਂ ਨਾਲ ਉਨੀਆਂ ਗੱਲਾਂ ਨਹੀਂ ਕਰਦੀਆਂ ਜਿੰਨਾ ਉਹਨਾਂ ਨੇ ਸਟੋਰ ਕਰਕੇ ਰੱਖਦਾ ਹੁੰਦਾ। ਪਾਪਾ ਆਉਣਗੇ ਘਰੇ ਆ ਕੇ ਉਹਨਾਂ ਨੂੰ ਦੱਸਣਾ, ਹੈ ਨਾ। ਆਰਟਿਸਟ ਦੀ ਲਾਈਫ ਦੇ ਵਿੱਚ ਨਾ ਟਾਈਮਿੰਗ ਦਾ ਕੋਈ ਸਿਸਟਮ ਨਹੀਂ ਹੈਗਾ, ਹੈ ਨਾ। ਕਈ ਵਾਰੀ 24-24 ਘੰਟੇ, ਕਈ ਕਈ ਦੋ-ਦੋ ਮਹੀਨੇ ਆਪਾਂ ਆਪਣੇ ਬੱਚਿਆਂ ਨੂੰ ਨਹੀਂ ਮਿਲਦੇ। ਸੋ ਐਸੀਆਂ ਕਿਹੜੀਆਂ ਟਾਕਸ ਨੇ ਨਾ ਕਿ ਪਾਪਾ ਐਸੇ ਹੋ ਗਿਆ ਵੈਸੇ ਹੋ ਗਿਆ, ਜਿਹੜੀ ਬੇਟੀ ਡਿਸਕਸ ਕਰਦੀ ਹੈ, ਐਂਡ ਤੁਹਾਨੂੰ ਕਰੇਜ਼ ਹੁੰਦਾ ਯਾਰ ਘਰ ਜਾਣਾ ਨਾ, ਉਹਦੀ ਲੰਬੀਆਂ ਸਾਰੀਆਂ ਗੱਲਾਂ ਸੁਣਨੀਆਂ ਔਰ ਬਹਿ ਕੇ ਉਹਨੂੰ ਸੁਣਨਾ। ਅੱਜ ਕੱਲ੍ਹ ਤਾਂ ਚਲੋ ਵੀਡੀਓ ਕਾਲ, ਫੋਨਸ 'ਤੇ ਸਾਰੀਆਂ ਗੱਲਾਂ ਐਵਰੀ ਡੇ ਰੋਜ਼ਮਰਾ ਹੋ ਹੀ ਜਾਂਦੀਆਂ ਨੇ, ਪਰ ਇੱਕ ਜਿਹੜਾ ਇੱਕ ਸਪੈਸ਼ਲ ਵੈਸੇ ਸਾਹਮਣੇ ਆਹਮਣੇ ਸਾਹਮਣੇ ਹੋ ਕੇ ਗੱਲ ਕਰਨੀ ਹੁੰਦੀ ਨਾ, ਉਹ ਫੋਨਾਂ ਦੇ ਉੱਤੇ ਉਹ ਜੋ ਮਰ ਹਾਂ, ਅਤੇ ਉਹ ਚੀਜ਼ ਮੈਂ ਮਿਸ ਕਰਦਾ ਹੀ ਹੁੰਦਾ ਜਦੋਂ ਵੀ ਫਿਲਮਾਂ 'ਤੇ ਹੁੰਦਾ। ਹੁਣ ਲਾਸਟ ਟਾਈਮ ਇਸ ਸਾਲ ਦੇ ਵਿੱਚ ਘੱਟੋ ਘੱਟ 6 ਮਹੀਨੇ ਇੱਦਾਂ ਦੇ ਹੋਣਗੇ ਜਦੋਂ ਮੈਂ ਕੰਮ ਦੇ ਵਿੱਚ ਸੀ, ਔਰ ਉਹ ਗੈਪ ਹਮੇਸ਼ਾ ਬਣਿਆ ਰਹਿੰਦਾ ਹੁੰਦਾ ਸੀ, ਉਹਨੂੰ ਹੁਣ ਪੂਰਾ ਕਰ ਰਹੇ ਹਾਂ। ਬਿਲਕੁਲ। ਔਰ ਮਿਊਜ਼ਿਕ ਕਿੱਦਾਂ ਚੱਲ ਰਿਹਾ ਹੈਗਾ ਆ, ਦੈਟ ਫਿਲਮਸ 'ਤੇ ਚੱਲ ਰਹੀਆਂ ਨੇ ਕੀ, ਕਿਉਂਕਿ ਅੱਜ ਕੱਲ੍ਹ EPs ਦਾ ਟ੍ਰੈਂਡ ਹੈ, ਅਤੇ ਕੀ ਪਲਾਨ ਕੀਤਾ ਉਹਦੇ ਲਈ ਤੁਸੀਂ? ਮੈਂ ਕਿਉਂਕਿ ਭਗਤੀ ਮੋਡ 'ਚ ਆ ਗਏ ਹੋ, ਅਸੀਂ ਹੁਣ ਭਗਤੀ ਮੋਡ 'ਚ ਵੀ ਰਵਾਂਗੇ, ਕਿਉਂਕਿ ਆਰਟਿਸਟ ਦੀ ਨਾ ਡਿਫਰੈਂਟ ਡਿਫਰੈਂਟ ਵੇਰੀਏਸ਼ਨ ਸਾਨੂੰ ਵੀ ਉਡੀਕ ਰਹਿੰਦੀ ਹੈ, ਅਤੇ ਹੁਣ ਹੋਰ ਕਿਹੜੀਆਂ ਚੀਜ਼ਾਂ ਪਲਾਨ? ਪਤਾ ਨਹੀਂ ਕਿਉਂ ਮੈਂ ਇਸ ਟਾਈਮ ਜਿਹੋ ਜਿਹਾ ਕੁਛ ਸਾਡੇ ਯੂਥ ਸਾਰੇ ਪਸੰਦ ਕਰਦੇ ਆ, ਉਹਦੇ ਨਾਲ ਮੈਂ ਮੈਚ ਨਹੀਂ ਕਰ ਪਾ ਰਿਹਾ ਆਪਣੇ ਆਪ ਨੂੰ, ਹੈ ਨਾ। ਮੈਂ ਬਹੁਤ ਕੋਸ਼ਿਸ਼ ਕਰਦਾ ਮੈਂ ਇੱਦਾਂ ਕਰਾਂ ਮੈਂ ਕਰਾਂ ਮੈਂ ਕਰਾਂ ਮੈਂ ਕਿੱਦਾਂ ਕਰਾਂ। ਗਾਣੇ ਮੇਰੇ ਤੁਸੀਂ ਯਕੀਨ ਕਰੋਗੇ 50 ਤੋਂ ਜ਼ਿਆਦਾ ਬਣੇ ਪਏ ਆ, ਜਿਹਦੇ 'ਚ 7-8 ਵੀਡੀਓਜ਼ ਜਿਹੜੇ ਆ ਬਹੁਤ ਵਧੀਆ ਲੈਵਲ ਦੇ ਸੋਹਣੇ ਬਣੇ, ਪਰ ਅੰਦਰੋਂ ਡਰ ਜਿਹਾ ਲੱਗਦਾ ਪਤਾ ਨਹੀਂ ਕਿਉਂ ਵੀ ਇੱਦਾਂ। ਫਿਰ ਮੈਂ ਕਿਹਾ ਕਿਉਂ ਨਾ ਫਿਰ ਉਹਦੇ ਲਈ ਗਾਈਏ ਜਿਹਨੇ ਆਵਾਜ਼ ਦਿੱਤੀ ਹੈ। ਰਾਧੇ ਰਾਣੀ ਨਾ ਹਰ ਚੀਜ਼ ਪੂਰੀ ਕਰਦੀ ਹੈ, ਔਰ ਭਗਵਾਨ ਕ੍ਰਿਸ਼ਨ ਤੋਂ ਕੁਛ ਮੰਗਵਾਉਣਾ ਹੋਵੇ ਤਾਂ ਰਾਧੇ ਰਾਣੀ ਤੋਂ ਬੇਨਤੀ ਕਰ ਦਿਓ ਅਤੇ ਪੂਰੀਆਂ ਹੋ ਜਾਂਦੀਆਂ ਨੇ। ਔਰ ਅਸੀਂ ਵੀ ਕਹਾਂਗੇ ਕਿ ਜਿਹੜੇ ਰੂਹ ਨੂੰ ਖੁਸ਼ ਕਰਨ ਵਾਲੇ ਤੁਸੀਂ ਗੀਤ ਰਿਕਾਰਡ ਕੀਤੇ, ਰਾਧੇ ਰਾਣੀ ਰਿਲੀਜ਼ ਕਰ ਆਪਣੇ ਸਕੂਨ ਵਾਸਤੇ ਗਾ ਰਹੇ ਹਾਂ ਨਾ। ਹਾਂ, ਉਹ ਚੰਗੀ ਗੱਲ ਇਹ ਹੋਵੇ ਕਿ ਸਾਰਿਆਂ ਨੂੰ ਸਕੂਨ ਦੇ ਰਹੀ ਹੈ। ਬਿਲਕੁਲ ਬਿਲਕੁਲ।
ਚੰਗੀ ਗੱਲ ਇਹ ਹੋ ਗਈ। ਮੈਨੂੰ ਲੱਗ ਰਿਹਾ ਹੈ ਕਿ ਯੂਥ ਇਸ ਟਾਈਮ ਦੇ ਉੱਪਰ ਜਿੰਨਾ ਅੱਜ ਦੇ ਟ੍ਰੈਂਡ ਦੇ 뮤직 ਨੂੰ ਪਸੰਦ ਕਰ ਰਿਹਾ ਹੈ, ਉਨਾ ਹੀ ਭਗਤੀ ਨੂੰ ਵੀ ਪਸੰਦ ਕਰ ਰਿਹਾ ਹੈ, ਭਗਤੀ ਸੰਗੀਤ ਨੂੰ ਵੀ। ਬਹੁਤ ਹੀ ਪੋਜ਼ਿਟਿਵ ਸਾਈਨ ਹੈਗਾ, ਬਹੁਤ ਹੀ ਪੋਜ਼ਿਟਿਵ ਸਾਈਨ ਹੈ। ਵਧੀਆ ਗਾਣੇ ਆਪਣੀ ਜਗ੍ਹਾ ਹੈਗੇ ਨੇ, ਉਹ ਵੀ ਚਲੋ ਆਉਣਗੇ, ਔਰ ਇਹ ਆਪਣੀ ਜਗ੍ਹਾ ਹੈ, ਇਹ ਮੈਨੂੰ ਸ਼ਾਂਤੀ ਬਹੁਤ ਦੇ ਰਹੀ ਹੈ ਚੀਜ਼, ਔਰ ਮੈਨੂੰ ਚੰਗਾ ਲੱਗਦਾ। ਅੱਛਾ, ਵ੍ਰਿੰਦਾਵਨ ਜਾ ਕੇ ਕੀ ਫੀਲ ਹੁੰਦਾ ਹੈ, ਕਿੱਦਾਂ ਅਹਿਸਾਸ ਮਿਲਦਾ ਹੈ? ਤੇ ਉਹ ਕਿਉਂਕਿ ਅਲੱਗ ਹੀ ਔਰ ਹੈ, ਮੈਨੂੰ ਲੱਗਦਾ ਭਗਵਾਨ ਕ੍ਰਿਸ਼ਨ ਉੱਥੇ ਰੱਖ ਲੈਂਦੇ ਨੇ ਬੰਦੇ। ਮੈਂ ਉੱਥੇ ਹੀ ਹਾਂ, ਆ ਤਾਂ ਤੁਹਾਡੇ ਸਾਹਮਣੇ ਕੋਈ ਹੋਰ ਗੱਲ ਕਰ ਰਿਹਾ ਹੈ। ਹੈਗਾ ਨਾ ਲਾਈਕ ਇੱਕ ਵੱਖਰੀ ਵਾਈਬ ਆ। ਹਾਂ, ਉੱਥੇ ਹੀ ਹਾਂ, ਹੁਣ ਵੀ ਮੈਂ ਉੱਥੇ ਹੀ ਹਾਂ। ਮਿਲਦੇ ਰਹਾਂਗੇ ਜਲਦੀ, ਔਰ ਬਹੁਤ ਸਾਰੀਆਂ ਮੈਨੂੰ ਲੱਗਦਾ ਐਸੀਆਂ ਚੀਜ਼ਾਂ ਦੀ ਡਿਸਕਸ਼ਨ ਹੋਣੀ ਵੀ ਬਹੁਤ ਇੰਪੋਰਟੈਂਟ ਹੈ, ਐਂਡ ਵੀ ਹੋਪ ਕਿ ਜੋ ਪਲਾਨ ਕੀਤਾ ਨਾ ਪਰਮਾਤਮਾ ਤੁਹਾਡੀ ਹਰ ਮੁਰਾਦ ਪੂਰੀ ਕਰੇਗਾ। ਚਲੋ, ਸਾਰਿਆਂ ਨੂੰ ਬਹੁਤ ਬਹੁਤ ਸਤਿਕਾਰ। ਫਿਲਮ ਜ਼ਰੂਰ ਦੇਖਿਓ ਜਦੋਂ ਇਹ ਰਿਲੀਜ਼ ਹੋ ਜਾਏਗੀ Z5 'ਤੇ 1 ਦਸੰਬਰ ਨੂੰ, ਔਰ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਜਿਹਦੇ 'ਚ ਕਨੈਕਟ ਕਰੋਗੇ ਆਪਣੇ ਆਪ। ਥੈਂਕ ਯੂ ਸੋ ਮਚ ਰੋਸ਼ਨ, ਥੈਂਕ ਯੂ।